बिस्मिल्लाह रहमान रहीम अस्सलाम वालेकुम व्यूअर्स, उम्मीद करना कि तुम सब खैर करिए ना हो गए। चलो अज का व्लॉग शुरू करने, ठीक है जी। सामने तुम देख रहे हो जिहड़ा अपने उस दिन हवेली बनी सी, उत्थे छत पै रहा, ठीक है जी। तो मैं चलो अपने दोस्तों वो छत पैंदा जिहड़ा ना दिखाने, ठीक है, विजिट करने उस छत का। सारे स्लैपां वगैरह पा रहे हैं, चलो तुहानू जरा चैक करवाने। साडे भाई ने जेडे ना हवेली बना रहे थे, छत इन्होंने मंगवाया, ठीक है जी। ये छत किन्ने का छत भाई? 60,000 का। यह बंदे उन्होंने जी ओरी छत जरा क्लीयर करके जाएंगे। सही है दोस्तों, ये तो फिर सस्ता ही काम है, मेरे ख्याल लैंटर ना तो सस्ता ही पैंदा। भाई कह रहा कि लैंटर ना बहुत सस्ता पैंदा, ठीक है जी। अपने लापा भर रही ने, ठीक है जी। क्यों ना उदन हवेली दसी ही, वीडियो बनाई सी अपने विजन दिखाई ही, तो मैं अज छत पैन डिया ते नाले ठंडा ही है, तो मैं रोज़ा रखा था। चलो ठंडे ठंडे जरा मैं व्लॉग बना लिए दोस्तों दिखाने, ठीक है जी। तो छत अपने दस लिया के छत जरा ना स्लैपों का पै रहा बहुत जबरदस्त जी। ਕਿਹੜੀ ਜਗ੍ਹਾ ਤੋਂ ਲਿਆਂਦਾ ਛੱਤ? ਇੱਧਰ ਨੂੰ ਮੂੰਹ ਕਰਕੇ ਦੱਸ। ਜਫਰਵਾਲ ਦਾ ਬਾਈ ਦੱਸ ਰਿਹਾ, ਦੱਸਦਾ ਪਿਆ ਕਿ ਜਫਰਵਾਲ ਤੋਂ ਨਾ ਛੱਤ ਆਇਆ। ਵੀਵਰਸ ਹੈ ਆਪਣੇ ਚਾਰ ਬੰਦੇ ਨੇ ਮਾਸ਼ਾਅੱਲਾ, ਚਾਰੋਂ ਹੀ ਜਿਹੜੇ ਨਾ ਹਾਫਜ਼ਾਬਾਦੀ ਨੇ, ਠੀਕ ਹੈ ਜੀ। ਇਹਨਾਂ ਦੀ ਮੁਹੱਬਤ ਹੈ, ਇਹਨਾਂ ਦੀ ਮੁਹੱਬਤ ਹੈ ਕਿ ਬੜੇ ਅਖਲਾਕ ਨਾਲ ਸਾਡੇ ਨਾਲ ਬੋਲਦੇ ਨੇ, ਬੜੇ ਅਖਲਾਕ ਨਾਲ ਸਾਡੇ ਨਾਲ ਪੇਸ਼ ਆ ਰਹੇ ਨੇ, ਅਤੇ ਬਹੁਤ ਅੱਛੇ ਅਤੇ ਬੜੇ ਬੀਬੇ ਮੁੰਡੇ ਨੇ। ਅਤੇ ਇਹ ਕਹਿੰਦੇ ਨੇ ਵੀ ਅਗਰ ਕਿਸੇ ਵੀ ਬੰਦੇ ਨੂੰ ਇਹੋ ਜਿਹੀ ਛੱਤ ਦੀ ਜ਼ਰੂਰਤ ਹੋਵੇ ਤਾਂ ਸਾਡੇ ਨਾਲ ਰਾਬਤਾ ਕਰ ਸਕਦਾ। ਮੈਂ ਸਹੀ ਹੈ ਨੰਬਰ ਸਰ ਤੁਹਾਡਾ ਦੇ ਦਿਆਂਗੇ, ਨੰਬਰ ਤੁਸੀਂ ਦਿਓ, ਨੰਬਰ ਮੈਂ ਦੇ ਦਾਂਗਾ। 0304-62-445 ਲਓ ਜੀ ਬਾਈ, ਹੁਣ ਤੁਹਾਨੂੰ ਇਤਰਾਜ਼ ਨਹੀਂ ਹੋਣਾ ਜਿਹਦਾ ਨੰਬਰ ਤੁਹਾਡਾ ਦੇ ਦਿੱਤਾ ਬਾਈ ਨੇ, ਦੋ ਦਫਾ ਨੰਬਰ ਬੋਲ ਦਿੱਤਾ। ਅਗਰ ਕਿਸੇ ਬੰਦੇ ਨੂੰ ਇਸ ਛੱਤ ਦੀ ਪਾਕਿਸਤਾਨ 'ਚ ਕਿਸੇ ਵੀ ਜਗ੍ਹਾ ਜ਼ਰੂਰਤ ਹੋਏ ਤੁਸੀਂ ਪਹੁੰਚਾਉਣਾ, ਠੀਕ ਹੈ। ਵੀਵਰ ਨੂੰ ਥੋੜ੍ਹਾ ਜਿਹਾ ਵਿਊ ਚੈੱਕ ਕਰਵਾਈਏ, ਠੀਕ ਹੈ ਜੀ। ਛੱਤ ਮਜ਼ਬੂਤ ਹੋਣੀ ਚਾਹੀਦੀ ਹੈ, ਬਾਕੀ ਖੈਰ ਹੈ ਮੇਰੇ ਭਾਈ, ਕੋਈ ਮਸਲਾ ਨਹੀਂ। ਸਾਡੇ ਪਿੰਡ ਲੱਗਾ ਦਾ, ਠੀਕ ਹੈ ਜੀ। ਪਿੰਡ ਸੀਐਲ ਦਾ ਤਾਂ ਇੱਕ ਕਨੈਕਸ਼ਨ ਨਹੀਂ ਹੈ ਪੂਰੇ ਪਿੰਡ 'ਚ, ਪੂਰੇ ਇਲਾਕੇ 'ਚ, ਠੀਕ ਹੈ ਜੀ। ਅਤੇ ਬੇਕਾਰ ਗੌਰਮੈਂਟ ਦਾ ਪੈਸਾ ਜ਼ਾਇਆ ਹੋਣ ਡਿਆ ਫਜ਼ੂਲ 'ਚ, ਅਤੇ ਨਾ ਕੋਈ ਈਵੋ ਚੱਲਦੀ ਹੈ ਇਹਦੇ 'ਤੇ, ਨਾ ਕੋਈ ਪੀ ਸੀ ਐੱਲ ਦਾ ਕਨੈਕਸ਼ਨ ਚੱਲਦਾ। ਸਿਰਫ ਇੱਕ ਬੰਦਾ ਇੱਥੇ ਮੁਲਾਜ਼ਮ ਰੱਖਿਆ ਦਾ ਜਿਹੜਾ ਜਨਰੇਟਰ ਚਲਾ ਹਟਦਾ, ਅਤੇ ਅੱਲਾ ਅੱਲਾ ਦੇ ਖੈਰ ਸਲਾਹ, ਅਤੇ ਇਸ ਖੰਬੇ ਦਾ, ਇਸ ਦਫ਼ਤਰ ਦਾ, ਇਸ ਪੀ ਸੀ ਐੱਲ ਆਫਿਸ ਦਾ ਕੋਈ ਕੰਮ ਨਹੀਂ ਹੈ। ਕਿਸੇ ਇੱਕ ਰੱਤੀ ਬਰਾਬਰ ਅਗਰ ਕੋਈ ਬੰਦਾ ਸਾਬਤ ਕਰ ਦੇਣਾ ਕਿ ਯਾਰ ਇਹਦਾ ਫਾਇਦਾ ਹੈ,
ਤੇ ਮੈਂ ਜੁਰਮਦਾਰ ਹਾਂ ਠੀਕ ਹੈ ਜੀ ਕਿਉਂਕਿ ਇੱਥੇ ਨਾ ਕੋਈ ਈਵੋ ਚੱਲਦੀ ਪਈ ਹੈ ਨਾ ਕੋਈ ਪੀਟੀਐਲ ਕਨੈਕਸ਼ਨ ਚੱਲਦਾ ਫਜ਼ੂਲ 'ਚ ਤੇਲ ਚੱਲਦਾ ਜਿਹੜਾ ਇੰਜਨ ਆ ਨਾ ਉਹ ਚਲਾੜਦੇ ਨੇ ਜਨਰੇਟਰ ਅਗਰ ਕੋਈ ਬਾਲਾ ਅਫਸਰ ਦੇਖ ਰਿਹਾ ਹੈ ਤਾਂ ਪਲੀਜ਼ ਆਹੋ ਦੱਸੋ ਦੱਸੋ ਜਨਾਬ ਕੋਈ ਬਾਲਾ ਅਫਸਰ ਕੋਈ ਦੇਖ ਰਿਹਾ ਸਾਡੀ ਵੀਡੀਓ ਤਾਂ ਜਨਾਬ ਪਲੀਜ਼ ਇਹਦੇ ਉੱਤੇ ਨਾ ਕੋਈ ਐਕਸ਼ਨ ਲਿਆ ਜਾਵੇ ਬਹੁਤ ਸ਼ੁਕਰੀਆ ਤੁਹਾਡਾ ਜਨਾਬ ਮਸਾਂ ਕਿ ਫਜ਼ੂਲ ਹੈ ਨਾ ਮਸਾਂ ਕਿ ਇੱਕ ਆਖਿਆ ਨਾ ਵੀ ਇੱਕ ਰੱਤੀ ਬਰਾਬਰ ਇਹਦਾ ਫਾਇਦਾ ਹੁੰਦਾ ਇਹ ਨਹੀਂ ਲੇਕਿਨ ਹਜ਼ਾਰਾਂ ਰੁਪਈਆਂ ਦਾ ਲੱਖਾਂ ਰੁਪਈਆਂ ਦਾ ਤੇਲ ਫੂਕਿਆ ਜਾਂਦਾ ਇੱਥੇ ਠੀਕ ਹੈ ਜੀ ਇਸ ਐਕਸਚੇਂਜ 'ਚ ਅਤੇ ਹੁਣ ਤਾਂ ਸੋਲਰ ਲਾਇਆ ਵਾ ਲੇਕਿਨ ਸੋਲਰ ਦੇ ਬਾਵਜੂਦ ਵੀ ਜਿਹੜਾ ਨਾ ਉਹ ਜਨਰੇਟਰ ਚਲਾਉਂਦੇ ਨੇ ਅਤੇ ਸੋਲਰ ਵੀ ਚਲੋ ਇੰਨੀਆਂ ਪਲੇਟਾਂ ਲੱਗੀ ਦੀਆਂ ਨੇ ਮਸਾਂ ਫਜ਼ੂਲ 'ਚ ਸੋਲਰ ਪਲੇਟਾਂ ਦਾ ਫਾਇਦਾ ਤਾਂ ਤਦ ਹੋਏ ਪੀਸੀਐਲ ਟਾਵਰ ਚੱਲਦਾ ਹੋਵੇ ਇਹਨੇ ਸਿਗਨਲ ਦੇਣੇ ਨੇ ਕੋਈ ਮਸਲਾ ਮਸਾਇਲ ਆ ਲੇਕਿਨ ਕੋਈ ਗੱਲਬਾਤ ਨਹੀਂ ਫਜ਼ੂਲ 'ਚ ਇੰਨੀਆਂ ਆਪਣੇ ਸੋਲਰ ਪਲੇਟਾਂ ਲਾ ਹਟਦੀਆਂ ਨੇ ਅਤੇ ਕੋਈ ਕੰਮ ਸ਼ੰਮ ਨਹੀਂ ਬਸ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਇਆ ਤਾ ਜਿਹਨੂੰ ਕਹਿੰਦੇ ਨੇ ਠੀਕ ਹੈ ਜੀ ਵਿਵਸ ਐਮ ਸਬਰ ਭਾਈ ਨੇ ਮੇਰੇ ਤਾਇਆ ਜੀ ਦੇ ਬੇਟੇ ਨੇ ਠੀਕ ਹੈ ਕਜ਼ਨ ਨੇ ਮੇਰੇ ਅੱਜ ਦੀ ਵੀਡੀਓ ਅਗਰ ਤੁਹਾਨੂੰ ਸਾਡੀ ਪਸੰਦ ਆਈ ਹੋਏ ਠੀਕ ਹੈ ਸਾਡੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਨਵੇਂ ਦੋਸਤ ਜਿੰਨੇ ਸਾਡੇ ਚੈਨਲ 'ਤੇ ਆ ਰਹੇ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਿਓ ਬੜੀ ਮਿਹਰਬਾਨੀ ਹੋਏਗੀ ਅਤੇ ਕਮੈਂਟਸ 'ਚ ਦੱਸਿਆ ਕਰੋ ਯਾਰ ਸਾਡੀ ਵੀਡੀਓ ਤੁਹਾਨੂੰ ਕੈਸੀ ਲੱਗਦੀ ਹੈ ਅੱਛੀ ਲੱਗਦੀ ਹੈ ਬੁਰੀ ਲੱਗਦੀ ਹੈ ਕੋਈ ਆਪਣੀ ਰਾਏ ਦਾ ਇਜ਼ਹਾਰ ਕਰਿਆ ਕਰੋ ਠੀਕ ਹੈ ਜੀ ਅਤੇ ਆਪਣੇ ਤਨਵੀਰ ਭਾਈ ਨੂੰ ਅਤੇ ਮੁਸਵਰ ਭਾਈ ਨੂੰ ਦਿਓ ਇਜਾਜ਼ਤ ਅੱਲਾ ਹਾਫਿਜ਼।